ਇੰਡੀਆ ਨਿਊਜ਼ ਬਲੇਟਨ ਵਿੱਚ ਤੁਹਾਡਾ ਸਵਾਗਤ ਮੈਂ ਰਮਨ ਸਿੱਧੂ ਅੱਜ ਦੇ ਬਲੇਟਨ ਵਿੱਚ ਨਜ਼ਰ ਮਾਰਾਂਗੇ ਭਾਰਤ ਨਾਲ ਜੁੜੀ ਹਰ ਵੱਡੀ ਤੇ ਅਹਿਮ ਖਬਰ ਤੇ ਸ਼ੁਰੂ ਕਰਦੇ ਹਾਂ ਅੱਜ ਦੀਆਂ ਉਹ ਖਬਰਾਂ ਨਾਲ ਜਾਖੜ ਤੋਂ ਬਗੈਰ ਹੋਈ ਭਾਜਪਾ ਦੀ ਸੂਬਾ ਪਧਰੀ ਮੀਟਿੰਗ ਜਗਜੀਤ ਸਿੰਘ ਡਲੇਵਾਲ ਖਨੌਰੀ ਬਾਰਡਰ ਤੇ ਸ਼ੁਰੂ ਕਰਨਗੇ ਮਰਨਵਾਰਤ ਸविता ਆਂਦੀ 42ਵੀਂ ਸੋਧ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਖਾਰਜ 임팔 ಪೂರ್ವੀ ਵਿਚਾਰਤਾਵਲੋ ਆਪ ਸਫਾ ਖਿਲਾਫ ਰੈਲੀ ਅੰਤਿਮ ਜਮਾਨਤ ਲਈ ਅਦਾਲਤ ਪੁੱਜਾ ਰਾਸ਼ਿਦ ਇੰਜੀਨੀਅਰ ਸੰਭਲ ਹਿੰਸਾਚ ਸਭਾ ਸੰਸਦ ਮੈਂਬਰ ਤੇ ਵਿਧਾਇਕ ਦੇ ਪੁੱਤ ਖਿਲਾਫ ਕੇਸ ਦਰਜ ਸੁਪਰੀਮ ਕੋਰਟ ਨੇ kia ਸਕੂਲਾਂ ਚ ਰੈਗੂਲਰ ਕਲਾਸਾਂ ਬਾਰੇ ਵਿਚਾਰ ਕਰੇ CAQM ਸੰਸਦ ਦੇ ਸਰਦ ਰੋਧ ਇਜਲਾਸ ਦੀ ਹੰਗਾਮਾ ਖੇ ਸ਼ੁਰੂਆਤ ਹੁਣ ਖਬਰਾਂ ਵਿਸਥਾਰ ਨਾਲ ਭਾਜਪਾ ਦੀ ਸੂਬਾ ਪਦਰੀ ਮੀਟਿੰਗ ਹੋਈ ਮੀਟਿੰਗ 'ਚ ਪੰਜਾਬ ਭਰ ਤੋਂ ਕਈ ਸੀਨੀਅਰ ਆਗੂ ਸ਼ਾਮਲ ਹੋਏ ਪਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਹੀਂ ਪਹੁੰਚੇ ਮੀਟਿੰਗ ਦੀ ਕਾਰਵਾਈ ਸੂਬਾ ਪ੍ਰਧਾਨ ਤੋਂ ਬਗੈਰ ਹੀ ਚੱਲੀ ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਪੰਜਾਬ ਪ੍ਰਧਾਨ ਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਿਚਾਲੇ ਚੱਲ ਰਹੀ ਖਿਚੋਤਾਂ ਦਰਮਿਆਨ ਮੀਟਿੰਗ ਸ਼੍ਰੀ ਜਾਖੜ ਤੋਂ ਬਿਨਾ ਹੋਈ ਜਿਸ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੋਪਾਨੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ ਮੀਟਿੰਗ 'ਚ ਮੁਖਤਾਰ ਤੇ ਅਗਲੇ ਦਿਨਾਂ 'ਚ 3 ਲੱਖ ਤੋਂ ਵੱਧ ਲੋਕਾਂ ਨੂੰ ਭਾਜਪਾ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਇਸ ਮਹਿੰਦੀ ਨਿਗਰਾਨੀ ਸਾਬਕਾ ਮੰਤਰੀ ਮਨੋਰੰਜਨ ਕਾਲਿਆ ਕਰਨਗੇ ਦਰਅਸਲ ਭਾਜਪਾ ਵੱਲੋਂ ਮੈਂਬਰਸ਼ਿਪ ਮੁਹਿੰਮ ਚਲਾਈ ਗਈ ਸੀ ਜਿਸ ਸੰਬੰਧੀ ਮੀਟਿੰਗ ਵਿੱਚ ਆਗੂਆਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਬੀਜੇ ਰੋਪਾਨੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਅਮੇਤ ਪਾਟਿਆ ਤਰुण ਚੋਗ ਵਿਜੇ ਸਾੰਪਲਾ ਕੇ ડી ਪੰਡਾਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰੀਂਦਰ ਸਿੰਘ ਦੇ ਪਤਨੀ ਪਰਨੀਤ ਕਾਰ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ سمیت ਕਈ ਵੱਡੇ ਆਗੂ ਮੌਜੂਦ ਹਨ ਭਾਜਪਾ ਦੇ ਕੌਮੀ ਜਰਨਲ ਸਕੱਤਰ ਤਰुण ਚੋਗ ਨੇ ਕਿਹਾ ਕਿ ਜਲੰਧਰ ਤੋਂ ਸਾਬਕਾ ਕੈਬਨਟ ਮੰਤਰੀ ਮਨੋਰੰਜਨ ਕਾਲੀਆ ਨੂੰ ਅੱਜ ਤੋਂ 6 ਦਸੰਬਰ ਤੱਕ ਮੋੜ ਸ਼ੁਰੂ ਕੀਤੀ ਜਾਣ ਵਾਲੀ ਮੈਂਬਰਸ਼ਿਪ ਮੁਹਿੰਮ ਦਾ ਇੰਚਾਰਜ ਬਣਾਇਆ ਗਿਆ ਜਿਸ ਤਹਿਤ ਪਾਰਟੀ ਦਾ ਟੀਚਾ 30 ਲੱਖ ਲੋਕਾਂ ਨੂੰ ਭਾਜਪਾ ਨਾਲ ਜੋੜਨਾ ਹੈ ਸ਼੍ਰੀ ਜੋਗਣੀ ਕਿਹਾ ਕਿ ਕਿਸਾਨਾਂ ਨੂੰ 6 ਦਸੰਬਰ ਨੂੰ ਦਿੱਲੀ ਜਾਣ ਦੀ بجائے ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣਾ ਚਾਹੀਦਾ ਹੈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਤੋਂ ਖਨੌਰੀ ਬਾਡਰ ਤੇ ਲੱਗੇ ਪੱਕੇ ਮੋਰਚੇ ਵਿੱਚ ਮਾਰਨ ਵਰਤ ਸ਼ੁਰੂ ਕੀਤਾ ਜਾਵੇਗਾ। ਉਹਨਾਂ ਐਲਾਨ ਕੀਤਾ ਹੈ ਕਿ ਜਦੋਂ ਤੱਕ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਮਾਰਨ ਵਰਤ ਚੱਲੀ ਰਹੇਗਾ। ਉਧਰ ਕਿਸਾਨ ਆਗੂ ਦੀ ਹਮਾਇਤ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਅਨੇਕਨੌਰੀ ਬਾਡਰ ਵੱਲ ਚਾਲੇ ਪਾ ਦਿੰਦੇ ਨੇ। ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਪਿਛਲੇ 9.5 ਮਹੀਨਿਆਂ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਦੋਵਾਂ ਜਥੇਬੰਦੀਆਂ ਨੇ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ਖਿੱਚ ਲੰਜਣੇ। ਦੋਵਾਂ ਮੋਰਚਿਆਂ ਦੇ ਆਗੂ ਸਰਵਜਿੰਗ ਬੰਦੇਰ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਨੇ। ਸੁਪਰੀਮ ਕੋਰਟ ਨੇ ਸਵਿਧਾਨ ਦੀ ਪ੍ਰਸਤਾਵਨਾ ਚ ਸਮਾਜਵਾਦੀ ਧਰਮ ਨਿਰਪੇਖ ਤੇ ਅਖੰਡਤਾ ਜਿਹੇ ਸ਼ਬਦ ਜੋੜਨ ਵਾਲੀ 1976 ਦੀ ਸੋਧ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ ਸਮਾਜਵਾਦੀ ਧਰਮ ਨਿਰਪੇਖ ਤੇ ਅਖੰਡਤਾ ਸ਼ਬਦਾਂ ਨੂੰ 1976 ਚ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਪੇਸ਼ ਕੀਤੀ ਗਈ 42ਵੀਂ ਸਵਿਧਾਨਕ ਸੋਧ ਤਹਿਤ ਸਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਲ ਕੀਤਾ ਗਿਆ ਸੀ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੰਜੇ ਕੁਮਾਰ ਦੇ ਬੈਂਚ ਨੇ ਸਾਬਕਾ ਰਾਜ ਸਭਾ ਮੈਂਬਰ ਸੁਬਰਮਨੀਅਮ ਸੁਆਮੀ ਤੇ ਐਡਵੋਕੇਟ ਆਸ਼ਵਨੀ ਉਪਾਤੇ ਆਈ ਦੀਆਂ ਉਹਨਾਂ ਪਟੀਸ਼ਨਾਂ ਤੇ 2 ਨਵੰਬਰ ਨੂੰ ਆਪਣਾ ਫੈਸਲਾ ਰਾਖਮਾ ਰੱਖ ਲਿਆ ਸੀ ਜਿਨ੍ਹਾਂ ਚ ਸਵਿਤਾ ਦੀ ਪ੍ਰਸਤਾਵਨਾ ਚ ਸਮਾਜਵਾਦੀ ਤੇ ਧਰਮ ਨਿਰਪੇਖ ਸ਼ਬਦਾਂ ਨੂੰ ਸ਼ਾਮਲ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਗਈ ਸੀ ਇਸ ਵੰਡ ਚ ਧਾਇਰ ਕੀਤੀਆਂ ਗੰਗਾ ਸ਼ੁਰੂਆਤੀ ਪਟੀਸ਼ਨਾਂ ਚੋਂ ਇੱਕ ਪਟੀਸ਼ਨ 2020 ਚ ਐਡਵੋਕੇਟ ਵਿਜਨੂ ਸ਼ੰਕਰ ਜੈਨ ਰਾਹੀਂ ਬਲਰਾਮ ਸਿੰਘ ਨੇ ਤਿਆਰ ਕੀਤੀ ਸੀ ਚੀਫ ਜਸਟਿਸ ਨੇ ਫੈਸਲਾ ਸੁਣਾਉਂਦਿਆਂ ਕਿਹਾ ਰੈੱਡ ਪਟੀਸ਼ਨਾਂ ਤੇ ਅੱਗੇ ਵਿਚਾਰ ਕਰਨ ਤੇ ਫੈਸਲਾ ਸੁਣਾਉਣ ਦੀ ਲੋੜ ਨਹੀਂ ਹੈ ਸਵਿਧਾਾਂਜ ਸੋਧ ਦੀ ਸੰਸਦ ਦੀ ਸ਼ਕਤੀ ਪ੍ਰਸਤਾਵਨਾ ਤੇ ਵੀ ਲਾਗੂ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਫੈਸਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਇੰਨੇ ਸਾਲਾਂ ਬਾਅਦ ਪ੍ਰਕਿਰਿਆ ਨੂੰ ਇਸ ਤਰ੍ਹਾਂ ਰੱਦ ਨਹੀਂ ਕੀਤਾ ਜਾ ਸਕਦਾ। ਵੈਂਚ ਨੇ ਕਿਹਾ ਕਿ ਸਵਿਧਾਾਂ ਨੂੰ ਅਪਣਾਉਣ ਦੀ ਮਿਤੀ ਆਰਟੀਕਲ 368 ਤਹਿਤ ਸਰਕਾਰ ਦੀ ਸ਼ਕਤੀ ਨੂੰ ਘਟ ਨਹੀਂ ਕਰੇਗੀ। ਇਸ ਤੋਂ ਇਲਾਵਾ ਇਸ ਨੂੰ ਚੁਣੌਤੀ ਵੀ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਸੰਸਦ ਦੀ ਸੋਧ ਕਰਨ ਦੀ ਸ਼ਕਤੀ ਪਰਸਤਾਵਨਾ ਤੇ ਵੀ ਲਾਗੂ ਹੁੰਦੀ ਹੈ ਸਿਖਰਲੀ ਅਦਾਲਤ ਨੇ ਕਿਹਾ ਇੰਨੇ ਸਾਲ ਹੋ ਗਏ ਨੇ ਹੁਣ ਇਹ ਮੁੱਦਾ ਕਿਉਂ ਚੁੱਕਿਆ ਜਾ ਰਿਹਾ ਹੈ ਇਸ ਮਾਮਲੇ 'ਚ ਵਿਸਥਾਰਤ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਮਣੀਪੁਰ ਦੇ ਇਮਫਾਲ ਪੂਰਬੀ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਔਰਤਾਂ ਨੇ ਕਾਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਸੂਬੇ ਜੋ ਆਰਮਡ ਫੋਰਸ ਸਪੈਸ਼ਲ ਪਾਬਰਜ਼ ਐਕਟ 1958 ਹਟਾਉਣ ਦੀ ਮੰਗ ਨੂੰ ਲੈ ਕੇ ਰੈਲੀ ਕੀਤੀ 임ਫਾਲ ਈਸਟ ਜ਼ਿਲ੍ਹੇ ਦੀਆਂ ਸਥਾਨਕ ਜਥੇਬੰਦੀਆਂ ਤੇ ਮੀਰਾ ਪਾਇਲ ਵੀ ਦੀ ਅਗਵਾਈ ਹੇਡ ਕੀਤੀ ਗਈ ਰੈਲੀ ਵਿੱਚ ਔਰਤਾਂ ਨੇ ਸੂਬੇ 'ਚੋਂ ਆਪ ਸਵਾ ਹਟਾਉਣ ਸਖਤ ਕਾਨੂੰਨ ਲਾਗੂ ਕਰਨੇ ਬੰਦ ਕਰਨ ਤੇ ਔਰਤਾਂ ਤੇ ਬੱਚਿਆਂ ਦੀ ਹੱਤਿਆ ਬੰਦ ਕਰਨ ਸੰਬੰਧੀ ਨਾਅਰੇ ਲਾਏ ਇਹ ਰੈਲੀ ਕੋਗਬਾ ਬਾਜ਼ਾਰ ਤੋਂ ਸ਼ੁਰੂ ਹੋਈ ਤੇ 3 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਮੁਖਮੰਦਰੀ ਸਕਤਰੇਦ ਤੋਂ ਮਹਿਜ਼ ਇੱਕ ਕਿਲੋਮੀਟਰ ਦੂਰ ਕਨੁੰਗ ਬਮਾਂਗ ਵਿੱਚ ਸੜਕਿਆ ਵਾਲਾ ਵੱਲੋਂ ਰੋਕ ਦਿੱਤੀ ਗਈ ਇਸ ਦੌਰਾਨ ਮੀਆ ਪਾਈ ਵੀ ਦੀ ਮੈਂਬਰ ਬਬੀਨਾ ਮਹਿਬਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਅਸੀਂ ਇੱਥੋਂ ਦੇ ਮੂਲ ਲੋਕਾਂ ਖਿਲਾਫ ਲਗਾਤਾਰ ਹੋ ਰਹੇ ਜ਼ੁਲਮ ਦਾ ਵਿਰੋਧ ਕਰ ਰਹੇ ਹਾਂ ਸੰਸਦ ਦੇ ਸੈਸ਼ਨ 'ਚ ਹਿੱਸਾ ਲੈਣ ਵਾਸਤੇ ਜੰਮੂ ਕਸ਼ਮੀਰ ਤੋਂ ਸੰਸਦ ਮੈਂਬਰ ਰਾਸ਼ਿਦ ਇੰਜੀਨੀਅਰ ਨੇ ਅਤਵਾਦੀ ਫੰਡਿੰਗ ਮਾਮਲੇ 'ਚ ਅੰਤਰੀਮ ਜ਼ਮਾਨਤ ਲਈ ਦਿੱਲੀ ਦੀ ਅਦਾਲਤ ਤੱਕ ਪਹੁੰਚ ਕੀਤੀ ਹੈ। ਰਾਸ਼ਿਦ ਵੱਲੋਂ ਮੁੱਖ ਜ਼ਿਲ੍ਹਾ ਦੇ ਸੈਸ਼ਨ ਜੱਜ ਵਿਮਲ ਕੁਮਾਰ ਯਾਦਵ ਨੂੰ ਅੰਤਰੀਮ ਜ਼ਮਾਨਤ ਦਿੱਤੇ ਜਾਣ ਦੀ ਅਪੀਲ ਕੀਤੀ ਤੇ ਜਨਮਗਰੋ ਅਦਾਲਤ ਨੇ ਐਨ.ਏ.ਆਈ ਨੂੰ 27 ਨਵੰਬਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ। तिहार जेल ਤੋਂ ਆਨਲਾਈਨ ਟਾਂਗ ਨਾਲ ਅਦਾਲਤ 'ਚ ਪੇਸ਼ ਹੋਏ ਰਾਸ਼ਿਦ ਨੇ ਕਿਹਾ ਮੈਨੂੰ ਲੋਕਾਂ ਨੇ ਚੁਣਿਆ ਹੈ ਮੈਨੂੰ ਪਿਛਲੇ ਸੈਸ਼ਨ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਮੈਂ ਤਾਂ ਹਨੂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਨੂੰ ਅੰਤ੍ਰੀਮ ਜ਼ਮਾਨਤ ਦਿੱਤੀ ਜਾਵੇ ਅਦਾਲਤੀ ਹੁਕਮਾ ਮਗਰੋਂ ਸੰਵਲਜ ਮੋਗਲ ਕਾਲ ਦੀ ਇੱਕ ਮਸਜਿਦ ਦੇ ਸਰਵੇਖਣ ਸਮੇਂ ਸਥਾਨਕ ਲੋਕਾਂ ਤੇ ਪੁਲਿਸ ਵਿਚਾਲੇ ਹੋਈ ਹਿੰਸਕ ਝੜਪ ਦੇ ਸਬੰਧ ਵਿੱਚ ਪੁਲਿਸ ਨੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜੀਆ 우 रहमान ਵਰਕ ਤੇ ਸਥਾਨਕ ਸਭਾ ਵਿਧਾਇਕ ਇਕਬਾਲ ਮਹਿਮੂਦ ਦੇ ਪੁੱਤਰ ਸੋਹੇਲ ਇਕਬਾਲ ਖਿਲਾਫ ਕੇਸ ਦਰਜ ਕੀਤਾ ਹੈ ਇਸ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 25 ਜਣੇ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਸੰਭਲ ਜੇ ਦੂਜੇ ਦਿਨ ਵੀ ਮਾਹੌਲ ਤਣਾ ਪਰਿਆ ਪਰ ਸ਼ਾਂਤ ਰਿਹਾ ਸ਼ਾਹੀ ਜਾਮਾ ਮਸਜਿਦ ਨਾਲ ਲੱਗਦੀਆਂ ਸਾਰੀਆਂ ਗਲੀਆਂ ਸੁੰਸਾਨ ਰਹੀਆਂ ਤੇ ਇੱਥੇ ਵੱਡੀ ਗਿਣਤੀ ਚ ਪੁਲਿਸ ਤਾਇਨਾਤ ਰਹੀ ਇਸ ਹਿੰਸਾ 'ਚ ਚਾਰ ਜਣਿਆਂ ਦੀ ਮੌਤ ਹੋ ਗਈ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ 3 ਨਵੰਬਰ ਤੱਕ ਸੰਭਲ 'ਚ ਬਾਰੀ ਵਿਅਕਤੀਆਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਹੈ ਸੰਬਲ ਤਹਿਸੀਲ ਦੇ ਇੰਟਰਨੈਟ ਸੇਵਾਵਾਂ ਮੁਤਲ ਨਹੀਂ ਤੇ ਸਕੂਲ ਪੰ ਰਹੇ ਮ੍ਰਿਤਕਾਂ ਦੀ ਵਿਸ਼ਾ ਰਿਪੋਰਟ ਬਾਰੇ ਡਿਵੀਜ਼ਨਲ ਕਮਿਸ਼ਨਰ ਔਜ਼ਨੀਆ ਕੁਮਾਰ ਸਿੰਘ ਨੇ ਕਿਹਾ ਕਿ ਮੁੱਢਲੇ ਤੌਰ ਤੇ ਅਜੀਹਾ ਲੱਗਦਾ ਹੈ ਕਿ ਮੌਤਾਂ ਦਾ ਕਾਰਨ ਦੇਸੀ ਹਥਿਆਰਾਂ ਨਾਲ ਚਲਾਈ ਗਈ ਗੋਲੀ ਹੈ ਐਸਪੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ 'ਚ 7 ਕੇਸ ਦਰਜ ਕੀਤੇ ਗਏ ਨੇ ਜਿਨ੍ਹਾਂ 'ਚ ਬਾਰਕ ਤੇ ਇਕਵਾਲ ਸਮੇਤ 6 ਜਣਿਆਂ ਦੇ ਨਾਂ ਦਰਜ ਨੇ ਜਦਕਿ 2750 ਵਿਅਕਤੀ ਅਣਪਛਾਤੇ ਵਜੋਂ ਦਰਜ ਨੇ ਸੁਪਰੀਮ ਕੋਰਟ ਨੇ ਕੌਮੀ ਰਾਜਧਾਨੀ ਖੇਤਰ ਦੇ ਨੀਲੇ ਇਲਾਕਿਆਂ 'ਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੂੰ ਕਾਲਜਾਂ ਤੇ ਸਕੂਲਾਂ 'ਚ ਰੈਗੂਲਰ ਕਲਾਸਾਂ ਮੁੜ ਤੋਂ ਸ਼ੁਰੂ ਕਰਨ ਤੇ ਵਿਚਾਰ ਕਰਨ ਨੂੰ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਈ ਵਿਦਿਆਰਥੀਆਂ ਕੋਲ ਆਨਲਾਈਨ ਕਲਾਸਾਂ ਲੈਣ ਦੌਰਾਨ ਮੇਢੇ ਮੀਲ ਤੇ ਹੋਰ ਜ਼ਰੂਰੀ ਸਹੂਲਤਾਂ ਦੀ ਕਮੀ ਹੈ ਜਸਟਿਸ ਆਬੇਐਸ ਓਕਾਤੇ ਜਸਟਿਸ ਅਗਸਟਿਨ ਚਾਰਜ ਮਸੀਦੇ ਬੈਂਚ ਨੇ ਕਿਹਾ ਹੈ ਕਿ ਵੱਡੀ ਗਿਣਤੀ ਚ ਵਿਦਿਆਰਥੀਆਂ ਕੋਲ ਘਰ ਚ 에ਅਰ ਪਿਉਰੀਫਾਇਰ ਨਹੀਂ ਨੇ ਤੇ ਇਸ ਲਈ ਘਰ ਰਹਿਣ ਵਾਲੇ ਤੇ ਸਕੂਲ ਜਾਣ ਵਾਲੇ ਬੱਚਿਆਂ ਵਿਚਾਲੇ ਫਰਕ ਨਹੀਂ ਕੀਤਾ ਜਾ ਸਕਦਾ ਸਿਖਰਲੀ ਅਦਾਲਤ ਨੇ ਹਾਲਾਂਕਿ ਦਿੱਨੀ ਦਿੱਲੀ ਐਂਡ ਆਰਸੀ ਚ ਜੀ ਆਰ ਏਪੀ ਦੇ ਚੌਥੇ ਗੇੜ ਚ ਪਾਬੰਦੀਆਂ ਝਟਲ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਜਦੋਂ ਤੱਕ ਉਹ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੋ ਜਾਂਦੇ ਕਿ ਏਕਯੂਆਈ ਦੇ ਪੱਧਰ ਚ ਲਗਾਤਾਰ ਕਮੀ ਆ ਰਹੀ ਹੈ ਉਦੋਂ ਤੱਕ ਜੀ ਆਰ ਏਪੀ ਦੇ ਤੀਜੇ ਜਾਂ ਦੂਜੇ ਗੇੜ ਨੂੰ ਲਾਗੂ ਕਰਨ ਦਾ ਹੁਕਮ ਦੇ ਸਕਦੇ ਨੇ ਸੰਸਦ ਦੇ ਸਰਦਰੂਤ ਇਜ਼ਲਾਸ ਦਾ ਆਗਾਜ਼ ਹੰਗਾਮਾ ਭਰਪੂਰ ਰਿਹਾ ਜਿਸ ਕਾਰਨ ਦੋਵੇਂ ਸਦਨਾ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕੋਈ ਖਾਸ ਕੰਮਕਾਰ ਕੀਤੇ ਬਿਨਾ ਬੁੱਧਵਾਰ ਸਵੇਰ ਤੱਕ ਲਈ ਉਠਾ ਦਿੱਤੀ ਗਈ। ਵਿਰੋਧੀ ਧਿਰ ਨੇ ਦੋਵੇਂ ਸਦਨਾ ਚ ਨੋਟਿਸ ਦੇ ਕੇ ਮੰਗ ਕੀਤੀ ਸੀ ਕਿ ਅਡਾਨੀ ਰਿਸ਼ਵਤਖੋਰੀ ਮਾਮਲੇ ਤੇ ਯੂਪ ਦੇ ਸੰਭਲ ਤੇ ਮਨੀਪੁਰ ਹਿੰਸਾ ਨੂੰ ਲੈ ਕੇ ਚਰਚਾ ਕਰਵਾਈ ਜਾਵੇ ਪਰ ਨੋਟਿਸਾਂ ਨੂੰ ਰੱਦ ਕਰ ਦਿੱਤਾ ਗਿਆ ਜਿਸ ਕਾਰਨ ਰੌਲਾ ਰੱਪਾ ਪਿਆ ਸਵਿਧਾਨ ਸਭਾ ਵੱਲੋਂ ਸਵਿਧਾਨ અપનાਏ ਜਾਣ ਦੀ 75ਵੀਂ ਬਰੇਗੰਡ ਦੇ ਸਾਲ ਪਰ ਚੱਲਣ ਵਾਲੇ ਜਸ਼ਨ ਸਬੰਧੀ ਸੰਸਦ ਦੇ ਕੇਂਦਰੀ ਹਾਲ 'ਚ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਜਿਸ ਕਾਰਨ ਸੰਸਦ ਦੇ ਦੋਵੇਂ ਸਦਨ ਨਹੀਂ ਜੁੜਨਗੇ ਲੋਕ ਸਭਾ ਦੀ ਕਾਰਵਾਈ ਜਦੋਂ ਸ਼ੁਰੂ ਹੋਈ ਤਾਂ ਵਿਛੜੇ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਮੰਗਰੋ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਇਸ ਮਗਰੋਂ ਸਦਨ ਜਦੋਂ ਦੁਪਹਿਰ ਵੇਲੇ ਜੁੜਿਆ ਤਾਂ ਵਿਰੋਧੀ ਧਿਰ ਦੇ ਮੈਂਬਰ ਸੰਭਲ ਵਿੱਚ ਹੋਈ ਹਿੰਸਾ ਨੂੰ ਲੈ ਕੇ ਨਾਰੇਬਾਜ਼ੀ ਕਰਦੇ ਤੇ ਕਮਰੀਕੀ ਅਦਾਲਤ ਵਿੱਚ ਕਾਰੋਬਾਰੀ ਅਡਾਨੀ ਵਿਰੁੱਧ ਲਗਾਏ ਗਏ ਦੋਸ਼ਾਂ ਦੀ ਜਾਂਚ ਦੀ ਮੰਗ ਕਰਦੇ ਸੁਣੇ ਗਏ ਸਦਨ ਦੀ ਕਾਰਵਾਈ ਚਲਾ ਰਹੇ ਭਾਜਪਾ ਮੈਂਬਰ ਸੰਧਿਆ ਰੇ ਨੇ ਪੁੱਛਿਆ ਕਿ ਮੈਂਬਰ ਸਦਨ ਦੀ ਕਾਰਵਾਈ ਚਲਣ ਦੇ ਇੱਛੁਕ ਨਹੀਂ ਨੇ ਇਸ ਮਗਰੋਂ ਨਾ ਬੁੱਧਵਾਰ ਤੱਕ ਕਾਰਵਾਈ ਮੁਲਤਵੀ ਕਰ ਦਿੱਤੀ ਉਦੋਂ ਰਾਜ ਸਭਾ ਦੀ ਕਾਰਵਾਈ ਸੋਮਵਾਰ ਨੂੰ ਉਦੋਂ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਜਦੋਂ ਕਾਂਗਰਸ ਦੀ ਅਗਵਾਈ ਵਿੱਚ ਵਿਰੋਧੀ ਪਾਰਟੀਆਂ ਨੇ ਅਡਾਨੀ ਦੇ ਰਿਸ਼ਵਤਖੋਰੀ ਮਾਮਲੇ ਨੂੰ ਅਠਾਣ ਦੀ ਕੋਸ਼ਿਸ਼ ਕੀਤੀ ਰਾਜ ਸਭਾ ਵਿੱਚ ਚੇਅਰਮੈਨ ਜਗਦੀਪ ਤਨਖੜ ਨੇ ਸਦਨ ਦੀ ਮੇਜ਼ ਤੇ ਸੂਚੀਬੱਧ ਕੰਮਕਾਜ ਬਾਰੇ ਕਾਗਜ਼ ਰੱਖੇ ਜਾਣ ਤੇ ਚਲਾਣਾ ਕਰ ਗਏ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਤੋਂ ਫੌਰੀ ਬਾਅਦ ਨਿਜ਼ਮ 267 ਤਹਿਤ भेजे गए 13 नोट सानू रद्द ਕਰ ਦਿੱਤਾ ਜਿਨ੍ਹਾਂ ਵਿੱਚ 7 ਨੋਟਿਸ ਅਡਾਨੀ ਮਾਮਲੇ ਉੱਤੇ ਚਰਚਾ ਦੀ ਮੰਗ ਨਾਲ ਸੰਬੰਧਿਤ ਸਨ ਰਾਜ ਸਭਾ ਦੇ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਜੇ ਸੂਚੀਬੱਧ ਕੰਮਕਾਰ ਮੁਅੱਤਲ ਕੀਤਾ ਜਾਂਦਾ ਹੈ ਤਾਂ ਵਿਰੋਧੀ ਪਾਰਟੀਆਂ ਇਹ ਵਿਸਥਾਰ ਨਾਲ ਦੱਸ ਸਕਦੀਆਂ ਨੇ ਕਿ ਅਡਾਨੀ ਮੁੱਦਾ ਕਿੰਨਾ ਐਮ ਹੈ ਜੋ ਪੂਰੇ ਮੁਲਕ ਤੇ ਅਸਰ ਪਾ ਰਿਹਾ ਹੈ ਉਨਾ ਦੋਸ਼ ਲਾਇਆ ਗਿਆ ਕਿ ਆਲਮੀ ਪੱਧਰ ਤੇ ਦੇਸ਼ ਦਾ ਅਕਸ ਵਿਗੜ ਰਿਹਾ ਪਰ ਫਿਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਦੀ ਹਮਾਇਤ ਕਰ ਰਹੇ ਨੇ ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ ਇਸ ਬਲੇਟਨ ਦੇ ਸਪਾਂਸਰਸ ਹਨ ਸ਼ੇਰਾਟਾ ਮੇਡ ਇਨ ਕੈਨੇਡਾ ਐਂਡ ਸਟਾਰਗੇਟ ਲੱਜਿਸਟਿਕ ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ